ਕਹਿੰਦੇ ਰਾਜਨੀਤੀ ਬੜੀ ਗੰਦੀ ਹੈ, ਜੇ ਗੰਦੀ ਹੈ ਤਾਂ ਇਹਨੂੰ ਸਾਫ਼ ਕੌਣ ਕਰੇਗਾ? ਇਹ ਲੂਪਹੋਲ ਕਿਹਨੇ ਕ੍ਰੀਏਟ ਕੀਤੇ? ਸਾਡੀਆਂ ਸਰਕਾਰਾਂ ਨੇ ਸਾਡੇ ਵਾਸਤੇ ਕਿਸੇ ਕੇਸ ਨੂੰ ਘੁਮਾਉਣਾ 5 ਸਾਲ ਪੁਰਾਣੇ ਨੂੰ 10 ਮਿੰਟ ਦੇ ਵਿੱਚ ਵਿੱਚ ਘੁਮਾਇਆ ਜਾ ਸਕਦਾ। ਪੋਲੀਟਿਕਸ ਵੀ ਇੱਦਾਂ ਹੀ ਹੈ, ਜੇ ਕੋਈ ਫਾਲਤੂ ਬੋਲਿਆ ਤਾਂ ਜਾਂ ਤਾਂ CBI ਚੱਕ ਕੇ ਲੈ ਜਾਏਗੀ, ID ਚੱਕ ਕੇ ਲੈ ਜਾਏਗੀ। ਕਹਿੰਦੇ BJP ਦਾ ਸਭ ਤੋਂ ਵੱਡਾ ਵੈਪਨ ਹੀ ਇਹ ਹੈ। ਮੈਂ ਬੋਲਣਾ ਸ਼ੁਰੂ ਕਰਤਾ, ਮੇਰਾ ਕੀ ਆਊਟਕਮ ਨਿਕਲੂਗਾ ਬਾਬਾ ਜਾਣਦਾ। ਜਾਂ ਮਰ ਜਾਂਗੇ ਸਿੱਧੂ ਵਾਂਗੂ, ਜਾਂ ਤਰ ਜਾਂਗੇ। ਬੋਲਣ ਵਾਲੇ ਦਾ ਤਾਂ 2 ਹਸ਼ਰ ਨੇ, ਜਾਂ ਮਰੂਗਾ ਜਾਂ ਤਰੂਗਾ। ਹੋਰ ਠੀਕ ਆ, ਪਰ ਇਸ ਤਰ੍ਹਾਂ ਨਹੀਂ ਹੋ ਰਿਹਾ। ਹੁਣ ਕਿਤੇ ਵੀ ਕੋਈ ਵੀ ਧਰਨਾ ਹੁੰਦਾ, ਉਹਨੂੰ ਕਿਸਾਨੀ ਧਰਨੇ ਦਾ ਨਾਮ ਦੇ ਦਿੱਤਾ ਜਾਂਦਾ। ਟੋਲ ਟੈਕਸ ਬੰਦ ਕਰਤੇ, ਹਜੇ ਵੀ ਅਗਰ ਅਸੀਂ ਦਿੱਲੀ ਜਾਣਾ, ਅੰਬਾਲੇ ਰੋਕ ਕੇ ਬੈਠੇ ਆ। ਕਿਸਾਨ ਮੋਰਚੇ ਵਿੱਚ ਵੀ ਕਈ ਬੋਲਣ ਵਾਲੇ ਨੇ, ਉਹਨਾਂ ਨੂੰ ਚੁੱਪ ਕਰਦੇ ਸ਼ਾਂਤੀ ਨਾਲ, ਜਾਂ ਸੁਣਿਆ ਨਹੀਂ ਜਾਂਦਾ। ਫਤਿਹ ਜ਼ਰੂਰ ਕਰਿਆ ਹੈ, ਪਰ ਘਾਣ ਸਾਨੂੰ ਅੰਦਰ ਲੱਗ ਗਿਆ ਕਿਤੇ ਨਾ ਕਿਤੇ। ਕਿਉਂ ਪੰਜਾਬ ਦਾ ਯੂਥ ਇੱਥੇ ਰੁਕਣਾ ਨਹੀਂ ਚਾਹੁੰਦਾ, ਬਾਹਰ ਜਾ ਰਿਹਾ? ਮੂਰਖਤਾ, ਭੇਡ ਚਾਲ। ਫਿਊਚਰ ਕੀ ਹੈ ਪੰਜਾਬ ਦਾ? ਇਕੱਲੇ ਸਪਲੈਂਡਰ ਲੰਡੇ ਕਰਾ ਲਏ, ਠੀਕ ਹੈ। ਤੈਨੂੰ ਕੋਧਰ ਬਾਬਿਆਂ ਦੇ ਮੱਥਾ ਟੇਕ ਆਏ, ਅਤੇ ਸਾਈਂ ਜੀ ਵੀ ਇਹ ਨਹੀਂ ਕਹਿੰਦੇ ਹੁੰਦੇ ਸੀਗੇ ਕਿ ਕਾਕਾ ਕਰਮ ਨਹੀਂ ਕਰਨਾ ਤਾਂ ਮੈਂ ਤੈਨੂੰ ਸਭ ਕੁਝ ਦੇ ਦੂੰਗਾ। 6 ਮਹੀਨੇ ਤਾਂ ਉੱਥੇ ਐਡੀ ਕੜਕੜਾਉਂਦੀ ਠੰਡ ਆ, ਸਾਹ ਨਹੀਂ ਤੁਸੀਂ ਚੱਜ ਨਾਲ ਲੈ ਸਕਦੇ। ਕਾਹਦੀ ਜ਼ਿੰਦਗੀ ਹੈ ਤੁਹਾਡੀ? ਹਰਾਮ ਹੈ ਜ਼ਿੰਦਗੀ। ਹਰ ਕੋਈ ਸਰਕਾਰੀ ਨੌਕਰੀ ਦੇ ਮਗਰ ਵਿਆਹ ਹੋਇਆ, ਲੇਕਿਨ ਕੋਈ ਵੀ ਸਰਕਾਰੀ ਸਕੂਲ ਜਾਂ ਸਰਕਾਰੀ ਹੋਸਪਿਟਲ 'ਚ ਜਾਣਾ ਨਹੀਂ ਚਾਹੁੰਦਾ। ਸਰਕਾਰ ਹਰ ਇੱਕ ਨੂੰ ਨੌਕਰੀ ਨਹੀਂ ਦੇ ਸਕਦੀ। ਲੁਧਿਆਣੇ ਦੀ ਕਈ ਫਰਮਾਂ ਸੀ, ਇੰਨੀਆਂ ਲਿਮਟਾਂ ਸੀਗੀਆਂ ਉਹਨਾਂ ਦੀਆਂ, ਕਿਤਾਬਾਂ 'ਚ ਪੈਸੇ ਬੋਲਦੇ ਸੀ, ਐਕਚੁਅਲ ਸੀਗਾ ਨਹੀਂ, ਬਹੁਤ ਪੈਸੇ ਕਮਾਏ ਉਹਨਾਂ ਨੇ। ਮੇਰੇ ਹਿਸਾਬ ਨਾਲ ਲੋਕਾਂ ਨੇ ਕੰਮ ਹੀ ਬਣਾ ਲਿਆ ਸੀਗਾ, ਕੋਈ 15%, ਕੋਈ 20%, ਕਿੰਨਾ ਹੋਇਆ ਉਸ ਦੇ ਉੱਪਰ ਕਾਰਵਾਈ ਕੀ ਹੋਈ? ਕੁਛ ਵੀ ਨਹੀਂ। ਡਾਕਟਰ ਜਿਹਨੂੰ ਭਗਵਾਨ ਦਾ ਦੂਜਾ ਰੂਪ ਮੰਨਿਆ ਜਾਂਦਾ, ਲੋਕ ਉਹਨਾਂ ਨੂੰ ਵੀ ਨਹੀਂ ਛੱਡ ਰਹੇ। ਇਹੀ ਅਗਰ ਆਪਾਂ ਬਾਹਰ ਦੇ ਮੁਲਕਾਂ ਦੀ ਗੱਲ ਕਰੀਏ, ਲੋਕ ਇਹੋ ਜਿਹਾ ਕ੍ਰਾਈਮ ਕਰਨ ਤੋਂ ਪਹਿਲਾਂ 10 ਵਾਰੀ ਸੋਚੂਗੇ। ਅੱਖਾਂ ਦੇ ਵਿੱਚ ਕਿਹਾ ਜਾਂਦਾ ਸੀਗਾ ਨਾ, 12 ਵਜੇ ਸਿੰਘ ਆ ਗਏ, ਉਦੋਂ ਇਹੀ ਹੁੰਦਾ ਸੀ। ਹਾਂ ਵੀ ਜਿਹੜੀਆਂ ਕੁੜੀਆਂ ਚੱਕੀਆਂ ਹੁੰਦੀਆਂ ਸੀਗੀਆਂ ਨਾ ਮੁਗਲਾਂ ਨੇ, ਉਹਨਾਂ ਤੋਂ ਵਾਪਸ ਲਿਆਉਣ ਲਈ